ਸਾਸੀ ਕਾਲ ਜੀ ਸਾਰਿਆਂ ਨੂੰ ਅੱਜ ਅਸੀਂ ਗੱਲ ਕਰਾਂਗੇ ਇੱਕ ਅਜੀਬੇ ਫਰੂਟ ਦੀ ਜੋ ਗਰਮੀ ਦੇ ਅੰਦਰ ਸਾਡੀ ਬਾਡੀ ਨੂੰ ਹਾਈਡਰੇਟ ਰੱਖੇਗਾ ਸਾਨੂੰ ਡੀ ਹਾਈਡਰੇਸ਼ਨ ਨਹੀਂ ਹੋਣ ਦੇਵੇਗਾ ਇਸ ਫਰੂਟ ਦੇ ਅੰਦਰ 60% ਤੱਕ ਪਾਣੀ ਦੀ ਮਾਤਰਾ ਹੈ ਇਹ ਪੰਜਾਬ ਦੇ ਅੰਦਰ ਪਾਇਆ ਤਾਂ ਜਾਂਦਾ ਹੈ ਪਰ ਬਹੁਤ ਹੀ ਘੱਟ ਲੋਕ ਇਸ ਦੇ ਫਾਇਦੇ ਜਾਣਦੇ ਹਨ ਤੇ ਇਸ ਦਾ ਇਸਤੇਮਾਲ ਕਰਦੇ ਹਨ ਜੀ ਹਾਂ ਅਸੀਂ ਗੱਲ ਕਰ ਰਹੇ ਹਾਂ ਬੀਲ ਫਰੂਟ ਦੀ ਜੀ ਤੁਸੀਂ ਜਾਣਦੇ ਹੋ ਬੀਲ ਫਰੂਟ ਦੇ ਅੰਦਰ ਕਿੰਨੇ ਗ੍ਰਾਮ ਕਾਰਬੋਹਾਈਡਰੇਟ ਦੀ ਮਾਤਰਾ ਹੁੰਦੀ ਹੈ ਅਤੇ 135 ਕੈਲਰੀ ਸੀ ਹੁੰਦੀਆਂ ਹਨ ਸੋ ਗ੍ਰਾਮ ਦੇ ਅੰਦਰ ਇਸ ਦੇ ਅੰਦਰ ਵਿਟਾਮਿਨ ਸੀ ਵਿਟਾਮਿਨ ਈ ਅਤੇ ਵਿਟਾਮਿਨ ਬ ਭਰਪੂਰ ਮਾਤਰਾ ਦੇ ਵਿੱਚ ਹੁੰਦਾ ਹੈ ਇਸ ਦੇ ਅੰਦਰ ਕੈਲਸ਼ੀਅਮ ਮੈਰਲਸ ਵੀ ਭਰਪੂਰ ਮਾਤਰਾ ਦੇ ਵਿੱਚ ਪਾਏ ਜਾਂਦੇ ਹਨ ਫੈਟ ਦੀ ਮਾਤਰਾ ਤਾਂ ਇਸ ਦੇ ਅੰਦਰ ਬਿਲਕੁਲ ਵੀ ਨਹੀਂ ਹੁੰਦੀ ਟੀਲ ਫਰੂਟ ਦਾ ਸ਼ਰਬਤ ਅਤੇ ਜੂਸ ਸਾਡੇ ਲਈ ਬੇਹਦੀ ਫਾਇਦੇਮੰਦ ਅਤੇ ਗੁਣਕਾਰੀ ਮੰਨਿਆ ਜਾ ਸਕਦਾ ਹੈ ਇਹ ਸਾਨੂੰ ਗਰਮੀ ਤੋਂ ਪੂਰੀ ਤਰ੍ਹਾਂ ਰਾਹਤ ਦਵਾ ਦਿੰਦਾ ਹੈ ਬੋਡੀ ਨੂੰ ਹਾਈਡਰੇਟ ਕਰ ਦਿੰਦਾ ਹੈ ਸਾਡੀ ਬੋਡੀ ਦੇ ਅੰਦਰ ਬਿਲਕੁਲ ਵੀ ਡੀ ਹਾਈਡਰੇਸ਼ਨ ਨਹੀਂ ਹੋਣ ਦਿੰਦਾ ਇਹ ਅਰਜੀ ਦਾ ਤਾਂ ਇਹ ਇੱਕ ਬਹੁਤ ਹੀ ਵਧੀਆ ਸਰੋਤ ਹੈ ਪ੍ਰੈਸ਼ਰ ਦੇ ਮਰੀਜ਼ਾਂ ਲਈ ਵੀ ਇਹ ਬੇਹਦੀ ਫਾਇਦੇਮੰਦ ਹੈ ਇਸ ਦੇ ਅੰਦਰ ਪੋਟਾਸ਼ੀਅਮ ਦੀ ਮਾਤਰਾ ਕਾਫੀ ਹੁੰਦੀ ਹੈ ਇਹ ਸਾਡੇ ਬੱਡ ਪ੍ਰੈਸ਼ਰ ਨੂੰ ਘਟ ਕਰਨ ਵਿੱਚ ਫਾਇਦੇਮੰਦ ਹੈ ਤੁਹਾਡੀਆਂ ਅੱਖਾਂ ਦੀ ਰੋਸ਼ਨੀ ਲਈ ਵੀ ਬੀਲ ਫਰੂਟ ਬੇਹਦ ਹੀ ਫਾਇਦੇਮੰਦ ਅਤੇ ਗੁਣਕਾਰੀ ਮੰਨਿਆ ਜਾਂਦਾ ਹੈ ਐਂਟੀਆਕਸੀਡੈਂਟ ਦਾ ਤਾਂ ਇੱਕ ਖਜ਼ਾਨਾ ਹੈ ਐਂਟੀਆਕਸੀਡੈਂਟ ਸਾਡੀ ਬੋਡੀ ਲਈ ਕਿੰਨੇ ਕੋ ਫਾਇਦੇਮੰਦ ਹੁੰਦੇ ਹਨ ਇਹ ਤਾਂ ਤੁਸੀਂ ਜਾਣਦੇ ਹੀ ਹੋ ਸਾਡੀ ਲੀਵਰ ਦੀ ਹੈਲਥ ਲਈ ਵੀ ਇਹ ਬੇਹਦੀ ਫਾਇਦੇਮੰਦ ਹੈ ਹਾਰਟ ਦੀਆਂ ਬਿਮਾਰੀਆਂ ਤੋਂ ਵੀ ਇਹ ਸਾਨੂੰ ਬਚਾਉਂਦਾ ਹੈ ਬੀਲ ਫਰੂਟ ਲੂਜ਼ ਮੋਸ਼ਨ ਵਿੱਚ ਜੋ ਵੀ ਫਾਇਦੇਮੰਦ ਹੈ ਸ਼ੂਗਰ ਦੇ ਮਰੀਜ਼ ਵੀ ਇਸ ਨੂੰ ਲੈ ਸਕਦੇ ਹਨ ਸ਼ੂਗਰ ਦੇ ਮਰੀਜ਼ਾਂ ਲਈ ਵੀ ਇਹ ਬੇਹਦੀ ਫਾਇਦੇਮੰਦ ਮੰਨਿਆ ਜਾਂਦਾ ਹੈ ਇਸ ਦੇ ਅੰਦਰ ਮਿੱਠਾ ਤਾਂ ਹੁੰਦਾ ਹੈ ਪਰ ਇਸ ਦਾ ਗਲਾਈਸੈਮਿਕ ਇੰਡੈਕਸ ਲੋ ਹੁੰਦਾ ਹੈ ਇਸ ਕਾਰਨ ਸ਼ੂਗਰ ਦੇ ਮਰੀਜ਼ ਇਸ ਨੂੰ ਆਪਣੀ ਡਾਈਟ ਦੇ ਅੰਦਰ ਸ਼ਾਮਲ ਕਰ ਸਕਦੇ ਹਨ ਕਬਜ਼ ਵਿੱਚ ਵੀ ਇਹ ਬੇਹਦੀ ਫਾਇਦੇਮੰਦ ਹੈ ਕਬਜ਼ ਦੇ ਵਿੱਚ ਤੁਸੀਂ ਬੇਲ ਫਰੂਟ ਦਾ ਪਾਊਡਰ ਬਣਾ ਸਕਦੇ ਹੋ ਅਤੇ ਉਹ ਪਾਊਡਰ ਨੂੰ ਲੈ ਸਕਦੇ ਹੋ ਜਾਂ ਫਿਰ ਇਸ ਦਾ ਜੂਸ ਬਣਾ ਕੇ ਉਸ ਦੇ ਵਿੱਚ ਕਾਲੇ ਨਮਕ ਨੂੰ ਮਿਲਾ ਕੇ ਲਵੋ ਤਾਂ ਵੀ ਤੁਹਾਡੀ ਕਬਜ਼ ਦੂਰ ਹੋਵੇਗੀ ਅਡੀ ਬਾਡੀ ਦੇ ਅੰਦਰ ਖੂਨ ਨੂੰ ਪੂਰੀ ਤਰ੍ਹਾਂ ਕਲੀਨ ਕਰ ਦਿੰਦਾ ਹੈ ਦੇਖੋ ਇਹਨੂੰ ਜਮਾ ਨਹੀਂ ਹੋਣ ਦਿੰਦਾ ਅਤੇ ਇਹਨੂੰ ਪੂਰੀ ਤਰ੍ਹਾਂ ਸਾਫ਼ ਕਰਕੇ ਰੱਖਦਾ ਹੈ ਬਾਡੀ ਦੇ ਅੰਦਰ ਨਵੇਂ ਸੈੱਲਾਂ ਦੇ ਨਿਰਮਾਣ ਲਈ ਵੀ ਇਹ ਬਿਹਤਰੀ ਫਾਇਦੇਮੰਦ ਮੰਨਿਆ ਜਾਂਦਾ ਹੈ ਜੇਕਰ ਦੁੱਧ ਪਲੌਣ ਵਾਲੀਆਂ ਮਾਵਾਂ ਇਸ ਨੂੰ ਖਾਂਦੀਆਂ ਹਨ ਤਾਂ ਉਹਨਾਂ ਦੇ ਮਿਲਕ ਦੀ ਪ੍ਰੋਡਕਸ਼ਨ ਵੀ ਵੱਧਦੀ ਹੈ ਇਸ ਦੇ ਨਾਲ ਇਸ ਨੂੰ ਜੂਸ ਦੇ ਰੂਪ ਵਿੱਚ ਫਰੂਟ ਦੇ ਰੂਪ ਵਿੱਚ ਕਿਸੇ ਵੀ ਤਰ੍ਹਾਂ ਲੈ ਸਕਦੀਆਂ ਹਨ ਜੇਕਰ ਤੁਹਾਨੂੰ ਪੇਟ ਦੇ ਅੰਦਰ ਐਸਿਡਿਟੀ ਦੀ ਪ੍ਰੋਬਲਮ ਰਹਿੰਦੀ ਹੈ ਤਾਂ ਉਸ ਦੇ ਵਿੱਚ ਵੀ ਬੇਲ ਫਰੂਟ ਬਿਹਤਰੀ ਫਾਇਦੇਮੰਦ ਅਤੇ ਗੁਣਕਾਰੀ ਮੰਨਿਆ ਗਿਆ ਹੈ ਜਰ ਤੁਸੀਂ ਆਪਣੀ ਐਸਿਡਿਟੀ ਦੀ ਪ੍ਰੋਬਲਮ ਨੂੰ ਦੂਰ ਕਰਨਾ ਚਾਹੁੰਦੇ ਹੋ ਤਾਂ ਵੀ ਤੁਸੀਂ ਬੇਲ ਫਰੂਟ ਨੂੰ ਆਪਣੀ ਡਾਈਟ ਦੇ ਅੰਦਰ ਸ਼ਾਮਲ ਕਰ ਸਕਦੇ ਹੋ ਐਸ ਵਰਗੀਆਂ ਸਮੱਸਿਆਵਾਂ ਨੂੰ ਵੀ ਇਹ ਸਾਡੇ ਪੇਟ ਦੇ ਅੰਦਰੋਂ ਦੂਰ ਕਰਦਾ ਹੈ ਸਾਡੇ ਡਾਈਜੈਸ਼ਨ ਲਈ ਵੀ ਇਹ ਬਿਹਤਰੀ ਫਾਇਦੇਮੰਦ ਹੈ ਜਨ ਨੂੰ ਚੰਗੀ ਤਰ੍ਹਾਂ ਇਹ ਪਚਾ ਦਿੰਦਾ ਹੈ ਪਾਚਨ ਕਿਰਿਆ ਨੂੰ ਇਹ ਸਹੀ ਰੱਖਣ ਵਿੱਚ ਕਾਰਗਰ ਹੈ ਥੀਲ ਫਰੂਟ ਨੂੰ ਤੁਸੀਂ ਅਚਾਰ ਬਣਾ ਕੇ ਸ਼ਰਬਤ ਦੇ ਰੂਪ ਵਿੱਚ ਜੂਸ ਦੇ ਰੂਪ ਵਿੱਚ ਇਸ ਨੂੰ ਪਾਊਡਰ ਦੇ ਰੂਪ ਵਿੱਚ ਕਿਸੇ ਵੀ ਤਰ੍ਹਾਂ ਆਪਣੀ ਡਾਈਟ ਦੇ ਅੰਦਰ ਸ਼ਾਮਿਲ ਕਰ ਸਕਦੇ ਹੋ ਇਹ ਅਨੇਕਾਂ ਗੁਣਾ ਨਾਲ ਭਰਪੂਰ ਹੈ ਗਰਮੀ ਦੇ ਸੀਜ਼ਨ ਵਿੱਚ ਵੀ ਇਹ ਮਿਲਣਾ ਸ਼ੁਰੂ ਹੋ ਜਾਵੇਗਾ ਤੁਸੀਂ ਇਸ ਨੂੰ ਆਪਣੀ ਡਾਈਟ ਦੇ ਅੰਦਰ ਜ਼ਰੂਰ ਹੀ ਸ਼ਾਮਿਲ ਕਰੋ ਉਮੀਦ ਕਰਦੇ ਹਾਂ ਤੁਹਾਨੂੰ ਇਹ ਜਾਣਕਾਰੀ ਵਧੀਆ ਲੱਗੀ ਹੋਵੇਗੀ ਜੇਕਰ ਇਹ ਵੀਡੀਓ ਤੁਹਾਨੂੰ ਥੋੜੀ ਜਿਹੀ ਵੀ ਵਧੀਆ ਲੱਗੀ ਤਾਂ ਵੀਡੀਓ ਨੂੰ ਲਾਈਕ ਜ਼ਰੂਰ ਕਰੋ ਜੀ ਅਤੇ ਚੈਨਲ ਨੂੰ ਵੀ ਲਾਈਕ ਸ਼ੇਅਰ ਸਬਸਕ੍ਰਾਈਬ ਜ਼ਰੂਰ ਕਰੋ ਜੀ